ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਲਗਾਤਾਰ ਸਰਕਾਰ ਵੱਲੋਂ ਸਕੂਲਾਂ ਨੂੰ ਇਹ ਆਦੇਸ਼ ਦਿੱਤੇ ਜਾ ਰਹੇ ਨੇ ਕਿ ਆਖਿਰਕਾਰ ਫੀਸਾਂ ਨੂੰ ਲੈ ਕੇ ਬੱਚਿਆਂ ਦੀ ਪੜ੍ਹਾਈ ਨਹੀਂ ਖਰਾਬ ਹੋਣੀ ਚਾਹੀਦੀ। ਭਾਵ ਉਹਦਾ ਇਹ ਹੈ ਕਿ ਜੇਕਰ ਕਿਸੇ ਬੱਚੇ ਤੋਂ ਫੀਸ ਨਹੀਂ ਭਰੀ ਜਾਂਦੀ ਤਾਂ ਤੁਸੀਂ ਉਹਦਾ ਨਾਮ ਨਾ ਕੱਟਿਓ, ਕਿਉਂਕਿ ਲੋਕਡਾਊਨ ਕਰਫਿਊ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ 'ਤੇ ਫਰਕ ਪਿਆ ਹੈ, ਮਾਂ ਬਾਪ ਦੀ ਆਮਦਨੀ ਦੇ ਉੱਤੇ ਫਰਕ ਪਿਆ ਹੈ, ਤਾਂ ਦੂਜੇ ਪਾਸੇ ਕਹਿ ਸਕਦੇ ਹਾਂ ਕਿ ਆਖਿਰਕਾਰ ਸਾਧਨ ਵੀ ਘਟੇ ਨੇ। ਪਰ ਹੁਣ ਇੱਕ ਹੋਰ ਮਸਲਾ ਖੜਾ ਹੁੰਦਾ ਹੋਇਆ ਨਜ਼ਰ ਆਇਆ, ਹਾਲਾਂਕਿ ਇਹ ਪਹਿਲਾਂ ਵੀ ਕਈ ਵਾਰ ਚੀਜ਼ਾਂ ਨੂੰ ਜੇ ਕਹੀਏ ਕਿ ਚਰਚਾ ਦੇ ਵਿੱਚ ਰਹਿੰਦੀਆਂ ਨੇ ਕਿ ਆਖਿਰਕਾਰ ਜੋ ਕਿਤਾਬਾਂ ਖਰੀਦੀ ਜਾਂਦੀਆਂ ਨੇ ਜਾਂ ਕਾਪੀਆਂ ਖਰੀਦੀਆਂ ਜਾਂਦੀਆਂ ਨੇ ਤਾਂ ਉਹ ਸਕੂਲ ਵਾਲੇ ਮਹਿੰਗੀਆਂ ਲਾਉਂਦੇ ਨੇ, ਪਰ ਸਰਕਾਰ ਨੇ ਇਹਦੇ ਉੱਤੇ ਵੀ ਡਿਸੀਜਨ ਲਿਆ ਕਿ ਸਕੂਲ ਹੁਣ ਕਾਪੀਆਂ ਕਿਤਾਬਾਂ ਨਹੀਂ ਵੇਚਣਗੇ, ਬਾਹਰ ਤੁਸੀਂ ਪਬਲਿਸ਼ਰ ਤੋਂ ਲੈ ਸਕਦੇ ਹੈਗੇ ਹੋ ਜਾਂ ਫਿਰ ਉਹਨਾਂ ਦੇ ਰਿਟੇਲ ਕਾਊਂਟਰਾਂ ਤੋਂ ਲੈ ਸਕਦੇ ਹੋ, ਕਿਉਂਕਿ ਉੱਥੋਂ ਤੁਸੀਂ ਕਿਹੜੀ ਮਰਜ਼ੀ ਦੁਕਾਨ ਤੋਂ ਜਿੱਥੋਂ ਤੁਹਾਨੂੰ ਸਸਤੀ ਮਿਲਦੀ ਹੈ ਤਾਂ ਲੈ ਸਕਦੇ ਹੋ ਕਿਤਾਬਾਂ। ਪਰ ਹੁਣ ਇੱਕ ਨਵਾਂ ਮਸਲਾ ਸਾਹਮਣੇ ਆਇਆ, ਪਹਿਲਾਂ ਤੁਹਾਨੂੰ ਕਿਤਾਬ ਦਿਖਾ ਦਿੰਦਾ, 6ਵੀਂ ਅਤੇ 8ਵੀਂ ਦੀ ਇੱਕ ਪਰਿਵਾਰ ਕਿਤਾਬਾਂ ਖਰੀਦਦਾ ਆਪਣੇ ਬੱਚਿਆਂ ਦੇ ਲਈ। ਤੁਸੀਂ ਇਹ ਦੇਖੋ ਕਿ ਜਿਸ ਤਰ੍ਹਾਂ ਦੇ ਨਾਲ ਵਿਆਕਰਨ ਸੰਬੋਧ ਹੈ, ਉਸ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ 6ਵੀਂ ਕਲਾਸ ਦੀ ਕਿਤਾਬ ਹੈ, ਨਵੀਂ ਖਰੀਦੀ ਗਈ, ਪਰ ਨਵੀਂ ਖਰੀਦੀ ਦੇ ਵਿੱਚ ਤੁਸੀਂ ਦੇਖੋ ਕਿ ਜਿਹੜਾ ਰੇਟ ਦਿੱਤਾ ਹੋਇਆ, ਜਿਹੜੇ ਕਿ ਪਿੱਛੇ ਮੈਕਸੀਮਮ ਰੇਟ ਹੁੰਦਾ ਹੈਗਾ, ਉਹਦੇ ਉੱਤੇ 400 ਰੁਪਏ ਲਿਖਿਆ ਹੋਇਆ। ਇਹ 400 ਰੁਪਏ ਇਸ ਲਈ ਹੈ ਕਿਉਂਕਿ ਇਹਦੇ ਉੱਤੇ ਜਿਹੜੀ ਲੱਗੀ ਹੋਈ ਮਾਰਕਿੰਗ ਸੀਗੀ ਉਹ ਹਟਾ ਦਿੱਤੀ ਹੈ ਪੇਰੈਂਟਸ ਨੇ, ਪਰਿਵਾਰ ਨੇ ਇਹਦੇ 415 ਰੁਪਏ ਅਦਾ ਕੀਤੇ ਨੇ। ਇਸੇ ਤਰ੍ਹਾਂ ਦੇ ਨਾਲ ਕਈ ਹੋਰ ਬੁੱਕਸ ਹੈਗੀਆਂ ਨੇਗੀਆਂ, ਉਹਨਾਂ ਦੇ ਉੱਤੇ ਹਟਾਏ ਨਹੀਂ। ਤੁਹਾਨੂੰ ਦਿਖਾ ਦੇਣਾ ਇਕੱਲੀ ਇਕੱਲੀ, ਤੁਸੀਂ ਇਹ ਦੇਖੋ ਕਿ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਪ੍ਰਿੰਟ ਹੋਰ ਸੀ ਕੁਛ, ਬਟ ਹੁਣ ਜੇ ਕਹੀਏ ਕਿ ਆਖਿਰਕਾਰ ਇਹਦੇ ਉੱਤੇ 440 ਹੈ, ਪਿੱਛੇ ਸ਼ਾਇਦ ਦਿਖ ਰਿਹਾ ਕਿ 405 ਇਹਦੇ ਉੱਤੇ ਹਟਾਇਆ ਨਹੀਂ ਗਿਆ ਰੇਟ। ਇਸੇ ਤਰ੍ਹਾਂ ਦੇ ਨਾਲ ਬਾਕੀ ਕਿਤਾਬਾਂ ਵੀ ਨੇ ਕਿ ਆਖਿਰਕਾਰ ਇਸ ਲੋਕਡਾਊਨ ਕਰਫਿਊ ਦੇ ਵਿੱਚ ਜੇਕਰ ਕੋਈ ਘਾਟਾ ਪਿਆ ਵੀ ਹੈਗਾ ਤਾਂ ਇਹ ਕਿਤਾਬਾਂ ਦੇ ਜ਼ਰੀਏ ਪੂਰਾ ਕੀਤਾ ਜਾਊਗਾ। ਇਹ ਸਵਾਲ ਹੁਣ ਖੜੇ ਹੋ ਗਏ ਨੇ, ਇਹ ਸਵਾਲ ਸਿਰਫ ਇੱਥੇ ਨਹੀਂ ਹੈਗੇ, ਪਰਿਵਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਦਰਖਾਸਤ ਕੀਤੀ ਗਈ, ਟਵੀਟ ਭੇਜਿਆ ਗਿਆ ਉਹਨਾਂ ਨੂੰ ਕਿਉਂਕਿ CM ਟਵੀਟ 'ਤੇ ਲਗਾਤਾਰ ਐਕਟਿਵ ਰਹਿੰਦੇ ਨੇ। ਉਸ ਤੋਂ ਬਾਅਦ ਸਿੱਖਿਆ ਮੰਤਰੀ ਨੂੰ ਵੀ ਇਹ ਟਵੀਟ ਭੇਜਿਆ ਗਿਆ, ਨਾਲ ਹੀ ਗੱਲ ਕੀਤੀ ਹੈ ਤਾਂ ਹੋਰ ਵੀ ਕਈ ਅਫਸਰਾਂ ਨੂੰ ਇਹਨਾਂ ਟਵੀਟ ਕੀਤਾ। ਸਾਡੇ ਨਾਲ ਦਿਨੇਸ਼ ਕੁਮਾਰ ਹੈਗੇ ਨੇ, ਅਸਲ ਕਿਤਾਬਾਂ ਹੀ ਇਹਨਾਂ ਨੇ ਖਰੀਦੀਆਂ ਨੇ ਆਪਣੇ ਬੱਚਿਆਂ ਦੇ ਲਈ। ਸਮਝਦੇ ਹਾਂ ਕਿ ਆਖਿਰਕਾਰ ਕੀ ਇਹ ਪੂਰੀ ਕਹਾਣੀ ਹੋਈ। ਦਿਨੇਸ਼ ਜੀ, ਦੇਖਿਆ ਜਾਵੇ ਸਿੱਖਿਆ ਨੂੰ ਲੈ ਕੇ ਸਰਕਾਰ ਨੇ ਕਈ ਚੰਗੇ ਫੈਸਲੇ ਕੀਤੇ, ਸਿੱਖਿਆ ਮੰਤਰੀ ਨੇ ਸਖਤੀ ਵੀ ਦਿਖਾਈ ਕਈ ਜਗ੍ਹਾ 'ਤੇ, ਸਕੂਲ ਜਿੱਥੇ ਪੈਸੇ ਮੰਗਦੇ ਸੀਗੇ ਫੀਸਾਂ ਮੰਗਦੇ ਸੀ ਲੋਕਡਾਊਨ 'ਚ ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਕਰੀ, ਅੱਗੇ ਲਈ ਵੀ ਕਹਿਤਾ ਤੁਸੀਂ ਬੱਚੇ ਦਾ ਨਾਮ ਨਹੀਂ ਕੱਟੋਗੇ ਜਾਂ ਕਿ ਪੜ੍ਹਾਈ ਖਰਾਬ ਨਾ ਹੋਵੇ। ਪਰ ਇਹ ਮਸਲਾ ਕਹੀਏ ਕਿ ਪੁਰਾਣਾ ਹੈ, ਪੁਰਾਣਾ ਇਸ ਲਈ ਕਿਉਂਕਿ ਲਗਾਤਾਰ ਕਿਤਾਬਾਂ ਨੂੰ ਲੈ ਕੇ ਪਰਿਵਾਰ ਇਹ ਸ਼ਿਕਾਇਤ ਕਰਦੇ ਨੇ ਕਿ ਮਹਿੰਗੀਆਂ ਕਿਤਾਬਾਂ ਮਿਲਦੀਆਂ ਸਕੂਲ 'ਚ, ਬਾਹਰੋਂ ਲੈ ਸਕਦੇ ਹੋ। ਹੁਣ ਬਾਹਰੋਂ ਵੀ ਤੁਹਾਨੂੰ ਕਿਸ ਤਰ੍ਹਾਂ ਦੇ ਨਾਲ ਮਿਲੀਆਂ ਇਹ ਕਿਤਾਬਾਂ? ਗੱਲ ਇਹੀ ਹੋਈ ਹੈ, ਠੀਕ ਕਹਿ ਰਹੇ ਤੁਸੀਂ ਸੁਮਿਤ ਜੀ। ਐਕਚੁਅਲੀ ਪਿੱਛੇ ਜਦੋਂ ਲੋਕਡਾਊਨ 'ਚ ਜਦੋਂ ਛੂਟ ਦਿੱਤੀ ਗਈ ਸੀ ਪ੍ਰਸ਼ਾਸਨ ਵੱਲੋਂ, ਅਸੀਂ ਗਏ ਬੱਚਿਆਂ ਦੀ ਬੁੱਕਸ ਲੈਣ ਵਾਸਤੇ। ਸੈਕਟਰ 70 ਦਾ ਇੱਕ ਹੈਗਾ ਆਪਣਾ ਕੀ ਕਹਿੰਦੇ ਜਿਹੜਾ ਬੁੱਕ ਸਟੋਰ ਹੈਗਾ ਜੋਇਲੈਂਡ ਕਰਕੇ, ਫੈਸ਼ਨਰਸ ਵਰਲਡ ਦੇ ਮੇਰੇ ਕੋਲ ਬਿੱਲ ਨੇ ਜਿਹੜੇ, ਮਤਲਬ ਉਹਨਾਂ ਨੇ ਮੇਰੇ ਦੋ ਬੱਚੇ ਨੇ ਉਹਨਾਂ ਦੀ 6ਵੀਂ ਔਰ 8ਵੀਂ ਦੀ ਮੈਂ ਬੁੱਕਸ ਲਈਆਂ ਨੇ। ਅਤੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਮਤਲਬ ਇਹਦੀ ਪੇਪਰ 'ਤੇ ਜਿਲਦ ਜਦੋਂ ਚੜ੍ਹਾਉਣੀ ਸੀਗੀ, ਉਦੋਂ ਮੈਂ ਨੋਟਿਸ ਕੀਤਾ ਕਿ ਬਈ ਇਹ ਕੀ ਹੈ, ਇਹ ਕੁਛ ਕਿਤਾਬਾਂ ਦੇ ਉੱਤੇ ਓਰੀਜਨਲ ਪ੍ਰਾਈਸ ਸੀਗੀ ਜਿਹੜੀ ਨੋਰਮਲ ਪਬਲਿਸ਼ ਹੁੰਦੀ ਹੈ MRP ਲਿਖ ਕੇ, ਪਰ ਕੁਛ ਦੇ ਉੱਤੇ ਇੱਦਾਂ ਇਹਨਾਂ ਨੇ ਬਲੈਕ ਕਰਕੇ ਦਿੱਤਾ ਸੀ। ਸੋ ਇਹਦੇ 'ਚ ਮੈਂ ਜਦੋਂ ਰਿਮੂਵਰ ਲਾ ਕੇ ਇਹਨੂੰ ਦੇਖਿਆ ਤਾਂ ਉਹਦੇ 'ਚ ਦੇਖਿਆ ਕਿ ਮੈਂ ਥੱਲੇ ਜਿਹੜਾ ਰੇਟ ਹੈਗਾ ਉਹ 20-25 ਰੁਪਏ ਦਾ ਕੋਈ ਨਾ ਕੋਈ ਫਰਕ ਜ਼ਰੂਰ ਹੈ ਹਰ ਕਿਤਾਬ ਦੇ ਅੰਦਰ ਜਿਹੜਾ ਕਿ ਉਹਨਾਂ ਨੇ ਪਾਇਆ। ਔਰ ਤਕਰੀਬਨ 40-50% ਕਿਤਾਬਾਂ ਇਹੋ ਜਿਹੀ ਨੇ ਜਿਨ੍ਹਾਂ ਦੇ ਉੱਤੇ ਇੱਦਾਂ ਦੀ ਬਲੈਕ ਸ਼ਾਹੀ ਲਾ ਕੇ MRP ਨੂੰ ਵਧਾ ਕੇ ਲਿਖਿਆ ਹੈ ਇਹਦੇ 'ਤੇ। ਉਸ ਤੋਂ ਬਾਅਦ ਮੈਂ ਜਦੋਂ ਗੱਲ ਕੀਤੀ ਸਕੂਲ ਮੈਨੇਜਮੈਂਟ ਦੇ ਨਾਲ, ਸਕੂਲ ਮੈਨੇਜਮੈਂਟ ਨੇ ਵੀ ਕਿਹਾ ਕਿ ਅਸੀਂ ਬਹੁਤ ਸ਼ੌਕਡ ਹੈਗੇ ਹਾਂ ਕਿ ਇੱਦਾਂ ਦੀ ਕਿਉਂ ਚੀਜ਼ ਆਈ ਹੈ, ਤੁਸੀਂ ਸਾਨੂੰ ਸ਼ੇਅਰ ਕਰੋ ਅਤੇ ਅਸੀਂ ਤੁਹਾਡੇ ਨਾਲ ਖੜੇ ਹਾਂ, ਇੱਦਾਂ ਦੀ ਜੇ ਚੀਜ਼ ਆਈ ਹੈ ਤਾਂ ਅਸੀਂ ਪਬਲਿਸ਼ਰ ਨੂੰ ਵੀ ਇਸ ਗੱਲ ਬਾਰੇ ਦੱਸਾਂਗੇ ਅਤੇ ਇੱਦਾਂ ਦੀ ਜੇ ਦਾਨਲੀ ਹੋਈ ਹੈ ਅਤੇ ਅਸੀਂ ਵੀ ਬਹੁਤ ਜ਼ਿਆਦਾ ਸਟ੍ਰਿਕਟ ਐਕਸ਼ਨ ਉਹਦੇ 'ਤੇ ਜ਼ਰੂਰ ਲਵਾਂਗੇ। ਕਿਉਂਕਿ ਬੰਦ ਹੈ, ਕਿਉਂਕਿ ਪਬਲਿਸ਼ਰ ਨੇ ਜਿਹੜੇ ਉਹ ਪਹਿਲਾਂ ਸਕੂਲਾਂ ਨਾਲ ਕੰਟੈਕਟ ਕਰਦੇ ਨੇ ਕਿ ਆਖਿਰਕਾਰ ਤੁਸੀਂ ਜਿਹੜਾ ਵੀ ਸਕੂਲ ਆਪਦਾ ਮਜ਼ਮੂਨ ਦਿਖਾਉਂਦੇ ਨੇ ਇੱਕ ਕਿਤਾਬ ਦਾ ਤਾਂ ਉਹਨਾਂ ਨੂੰ ਵਧੀਆ ਲੱਗਦੀ ਹੈ ਤਾਂ ਉਹ ਅੱਗੇ ਨੂੰ ਉਹ ਫੋਲੋ ਕਰਦੇ ਹੈਗੇ ਨੇ। ਇਹਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਸ਼ੱਕ ਕਿੱਥੋਂ ਪਿਆ ਇਸ ਚੀਜ਼ ਦਾ ਜੇ ਕਿਹਾ ਜਾਵੇ? ਯਾਨੀ ਕਿ ਆਮ ਤੌਰ 'ਤੇ ਲੋਕ ਲੈਂਦੇ ਨੇ ਗੇ, ਅਸੀਂ ਦੇਖਦੇ ਹਾਂ ਮੈਡੀਕਲ ਸਟ੍ਰਿਪਸ 'ਤੇ ਵੀ ਕਈ ਵਾਰ ਇਸ ਤਰ੍ਹਾਂ ਦਾ ਹੁੰਦਾ, ਤਾਂ ਇਹਦਾ ਮੇਨ ਤੁਹਾਨੂੰ ਸ਼ੱਕ ਕਿੱਥੋਂ ਪਿਆ ਕਿ ਇਹਦੇ ਰੇਟ ਨੀਚੇ ਘੱਟ ਹੋ ਸਕਦਾ? ਇਹਦੇ 'ਤੇ ਦੇਖੋ ਜੀ, ਟਵਿੱਟਰ ਦੇ ਉੱਤੇ ਨਾ ਹੋਰ ਵੀ ਇਹੋ ਜਿਹੇ ਮਸਲੇ ਚੱਲ ਰਹੇ ਆ ਐਕਚੁਅਲੀ। ਮੈਂ ਪਿੱਛੇ ਜੇ ਦੇਖਿਆ ਹਰਿਆਣਾ 'ਚ ਵੀ ਇੱਦਾਂ ਦੇ ਮਾਮਲੇ ਆਏ ਸੀਗੇ ਟਵਿੱਟਰ 'ਤੇ, ਮੈਂ ਦੇਖਿਆ ਜਿੱਥੇ ਕਿ ਉਹਨਾਂ ਨੇ ਮਤਲਬ ਹਰਿਆਣਾ ਸਰਕਾਰ ਨੂੰ ਦਰਖਾਸਤ ਕੀਤੀ ਸੀ ਕਿ CM ਸਾਹਿਬ ਇੱਦਾਂ ਦੀ ਪ੍ਰੋਬਲਮ ਹੈ, ਅਤੇ CM ਸਾਹਿਬ ਨੇ ਬਕਾਇਦਾ ਹਰਿਆਣਾ ਦੇ CM ਹੈ, ਉਹਨਾਂ ਨੇ ਰਿਪਲਾਈ ਵੀ ਕੀਤਾ ਕਿ ਸਾਨੂੰ ਤੁਸੀਂ ਪਰਸਨਲੀ ਮੈਸੇਜ ਕਰਕੇ ਦੱਸੋ, ਅਸੀਂ ਉਹਨਾਂ ਦੇ ਖਿਲਾਫ਼ ਬਣਦੀ ਹੋਈ ਕਾਰਵਾਈ ਜ਼ਰੂਰ ਕਰਾਂਗੇ ਜੋ ਵੀ ਇਹਦੇ 'ਚ ਸ਼ਾਮਿਲ ਹੋਣਗੇ। ਅਤੇ ਫਿਰ ਮੈਨੂੰ ਲੱਗਾ ਕਿ ਮੈਂ ਵੀ ਨਵੀਂ ਕਿਤਾਬਾਂ ਹੁਣੇ 2 ਦਿਨ ਪਹਿਲਾਂ ਖਰੀਦੀਆਂ ਨੇ ਅਤੇ ਅਸੀਂ ਜਿਲਦ ਚੜ੍ਹਾਉਣੀ ਸੀ, ਉਦੋਂ ਮੈਂ ਬੱਚਿਆਂ ਨੂੰ ਕਿਹਾ ਕਿ ਮੈਨੂੰ ਦੱਸੋ ਇੱਕ ਵਾਰੀ ਕੀ ਹੈ, ਅਤੇ ਫਿਰ ਜਦੋਂ ਦੇਖਿਆ ਤੁਸੀਂ ਦੇਖ ਸਕਦੇ ਹੋ ਇਹਦੇ 'ਚ ਬਿਲਕੁਲ ਬਕਾਇਦਾ ਓਵਰਲੈਪਿੰਗ ਤੁਹਾਨੂੰ ਦਿਖ ਜਾਏਗੀ, ਜਿਹਦਾ ਕਿ ਮਤਲਬ ਇਹ 'ਚ ਥੱਲੇ ਪੱਕਾ ਇਹਦੀ ਜਿਹੜੇ ਰੇਟ ਆਪਾਂ ਜੇ ਰਿਮੂਵਰ ਨਾ ਹਟਾਉਂਦੇ ਹਾਂ ਤਾਂ ਥੱਲੇ ਜਿਹੜੀ ਦੂਜੀ ਰੇਟ ਹੈਗੀ ਹੈ
परसों मैं उन्होंने ट्वीट किया, मैं कल उन्होंने ट्वीट किया, बट अनफॉर्चुनेटली मैंने कोई किसी तरीके दे उन्होंने तो बड़े एक्टिव रहते हैं किसी तरह का जवाब नहीं देता उन्होंने या उन्होंने टीम ने। जनाब मैं फॉलो करता पंजाब सरकार को भी और सीएम साहब को भी, मैं बकायदा सिंगला जी को भी, सिक्ख्या मंत्री को भी मैं पाया, मैं सीबीएसई बोर्ड को पाया, मैं एचआरडी मिनिस्ट्री को पाया, उस तो अलावा मैं मोहाली एसएसपी को भी मैं परसनल व्हाट्सएप करके मैं उन्होंने कहा जनाब रिक्वेस्ट है प्लीज़ गाइड मी कि असं कि करिए क्योंकि सानू इस चीज़ की नॉलेज नहीं है किसी पुलिस जाइए या किधर नू कंप्लेंट हो रही है, इदां दा मामला है कि इनू किसी मतलब साडे वर्गा आम बंदा नहीं समझ सकता। तो मैं एडमिनिस्ट्रेशन को अपने वालों सारी इनफॉर्मेशन देने की कोशिश की है बट अनफॉर्चुनेटली मैंने 3 दिन हो गए हैं अजे तक किसी तरीके का कोई जवाब नहीं आ रहा। एक चीज़ और तुम्हें दस दिए कि जे जी ये मार्किंग देखिए तो इस मार्किंग के उत्ते जो देखो कि जी कंपनी का नाम हैगा उस कंपनी की जरा जो कही कि एक लोगो बनाया हुआ तो यह भी कहा जा सकता कि सिर्फ एक कोई कल कोई दुकानदार वालों नहीं किया गया, हो सकता कि आखिरकार उन्हें किया क्योंकि इन्वेस्टिगेशन का हुण विषय बन चुका है सेम लोगो है जरा उही लोगो है जरा जिथे प्रिंटिंग जे कही कि ओवरलैप किया है तो वो प्रिंटिंग दे नाल वो लोगो भी छापे गया यानी कि यह भी दिखाने की कोशिश की है कि कंपनी वालों बधाया गया। हालांकि जे कही कि यह तो हजे आप नहीं कह सकते हैं कि कंपनी ने कराया किने भी कराया, मेन यह है भी ये इन्वेस्टिगेशन होनी चाहिए। गल यह है कि असं एलीगेशन किसी तो नहीं ला रहे, साडा परपज किसी को एलीगेशन लाने का नहीं है, बट गल है कि जो कोरोना महामारी के उत्ते जो मतलब इन्ना कुछ हो गया तो कैप्टन साहब भी कह रहे कि मैं इस वेले अपने सारे डिपार्टमेंट्स को इंस्ट्रक्शन दे दते हुए एजुकेशन डिपार्टमेंट को कि भी 8% जी आप वधान की देंदे होंगे वह भी इस बार नहीं बधानी है फीस ट्यूशन फीस, तो फिर उस तो बाद जो इदा की प्रॉब्लम्स आ रही ने तो कोई तो यह कोई जिम्मेदार होएगा ना, भावें फिर वो बुकसैलर हो पब्लिशर हो या वो पिछले जो लेखक बैठे ये ऑथर्स बैठे वो हो, पर मामला तो इन्वेस्टिगेशन का बनता है। हूँ साढ़े सरकार तो यह गल नहीं है, ये तो सरकार के कम है कि उन्होंने देखने की गल है जिते वो कहें भाई गरीबों को मतलब राशन नहीं है ये चीज़ा नहीं, तो साढ़े वर्ग मध्यम वर्ग के परिवार का बंदा कितने जाएगा दसो। मैं तकरीबन 11.5-12 हज़ार के पैसे दे के उदन क्रेडिट कार्ड तो पेमेंट करके विदाउट नैगोसीएशन जो तुम जाते हो तो लाइना चाहे खड़ा करते जैसे मतलब पता नहीं तुम्हें भी जाके उत्ते राशन मंगना है, उत्तर जाके कोई नैगोशिएट नहीं कर सकते कुछ नहीं, उन्होंने सिंपल दसो कितने जी ओके जी टिक मारते इदा चैक करके देंगे जैसे पता नहीं थोड़ी की एंट्री होने लगी है इमीग्रेशन डिपार्टमेंट की, तो एन पूरे सारे सब कुछ तैयार होंगे उन्होंने को सारी लिस्टा बनिया होंगे और थोड़ू एक झोला जहा पा के दे देंगे साढ़े तकरीबन तुम देखोगे समझ भी नहीं सकते दुकानदार पूछ भी नहीं सकते कि आ की तुसी कर रखा है क्योंकि टाइम ही नहीं है उस तरह का, उस दे मु जवाब नहीं देंगे जो तुम पूछते भी लैनी है लो नहीं लेनी एग्जैक्टली यह चीज़ है। तो साढ़े को पेरेंट्स होने नाते होर कोई इलाज नहीं क्योंकि बच्चे फिर सानू परेशान करते कि जी टीचर पढ़ाता है सानू समझ नहीं आता चैप्टर नहीं लगता जी पुरानी बुक्स के तो सानू खरीदनी पैंदी है, बट मेरी गुजारिश यह है थोड़े चैनल वालों कि इहदा कोई ना कोई हल तो सानू कोई गाइड करे कि कोई सही है या गलत है सानू क्योंकि आम तौर पर एक चीज़ होर भी होंगी है कि असी मेडिसिन स्ट्रिप से देखते हैं कई बार रेट घट देने वे उत्ते बकायदा जी कि ओवरलैप करते हैं वधे होंगे ने फिर भी ओवरलैप करते हैं, पर उदा एक जे कही कि रीज़न भी वो देंगे ने गे यानी कि वह रीज़न जे तुम रिटेलर पुछो या होलसेलर पुछो तो पता होंगे यानी कि यदा रीज़न भी है नहीं किसी को। सर गल है ना कि सपोज असी मान लीए कि मैकमिलन तुम सही दस्या कि यही पब्लिशर है जिदी मतलब इतने लोगो लगा तो बुकसैलर शायद नहीं उन्हें किया होना, बट गल है कि सर कोई तो पब्लिक नोटिस होएगा ना, पब्लिक नोटिस नहीं भी है तो जे सपोज मैक्रो तो माइक्रो के थले चीज़ा आ रही ने तो स्कूल वालों या अपने की कहते जो बुकसैलर है वो तो कहेगा ना कि जी तुम 10 किताबा लैके जा रहे हो ये 4 के ब्लैक साइज इनक्रीमेंट होया पाया रीज़न यह है जी पब्लिशर वालों, सानू कोई किसी तरीके का नोटिफिकेशन नहीं आया किसी पेरेंट्स को कुछ नहीं दसा गया जिन्ना मैं जानता क्योंकि मैं आप लैके आया जाके मेरे बच्चों की बुक्स, तो जो सानू कोई इनफॉर्मेशन दे रहा अपने वालों इनक्रीज़ कर रहे हैं ना, तुम देखो कि जे सपोज इतने 15 रुपए 20 रुपए 25 रुपए की जो इन्होंने इदा की मार्जिन बधाया हूँ तुम मल्टीप्लाई करो कि किन्ने लखा का यह मतलब कारोबार चलता पाया ना केवल पंजाब में, कहना कि मतलब पूरे देश से अलग अलग एग्जैक्टली तो यह इन्वेस्टिगेशन का मामला है। हूँ सरकार की कर रही है जो असं मतलब उन्होंने पूरा दस रहे हैं हर चीज़ दस रहे हैं उस तो बाद भी सरकार जो कुछ नहीं सुन रही है तो फिर तो जी रबी भरोसा है, फिर जब कलू असं आत्महत्या कर लेंगे तो फिर साढ़े बच्चों 5-10 लाख रुपए की वो एड दे के राजनीति कर लेंगे जी लो जी मर गया असं मुआवजा दे मुआवजे के 10 लाख रुपए दे रहे हैं, पर जिंदे जी जी असं रिक्वेस्ट करना चाहते हैं उन्होंने सरकार देख के राजी नहीं है। बिल्कुल आखिर चीज़ लंघी तो बाद कोई फायदा नहीं होंगे, तो जिस तरह के नाल जे कही हालांकि यह जांच का विषय बन चुका पर जे कही कि सीधा रोल हूँ आखिरकार देखिए कि बेशक कंपनी ने कुछ किया बेचने वाले ने कुछ किया पर जे कही माँ बाप यह गल समझते हैं आपके आप को ठगिया महसूस कर रहे हैं तो सरकार की असल कर ये जिम्मेदारी यह बनती है भी जेकर यह सही भी है जेकर यह सही भी हैगी है तो उन्होंने किस तरह के नाल सैटिस्फाई कराउन कि आखिरकार जोड़े रेट बधे से ठगिया महसूस न करो घट रेट पिछे इस कारण लगे वो कारण कोई दसे कुल मिला के हूँ देखना होगा कि आखिरकार जदों उन्होंने जिम्मे हरियाणा जे कही कि इस परिवार ने हरियाणा सरकार का उदाहरण दिता कि आखिरकार चलो उन्होंने कार्रवाई तो करी प्रोत्साहन तो मिले परिवार को कि आखिर कम से कम तुम शिकायत करी तो आखिरकार पंजाब सरकार कदों जागूगी। बेशक पहला कई ऑर्डर इस तरह के जारी करे ने जिद परिवार ने खुशी जाहिर करी है तो सरकार की वाहवाही भी की है, पर जे इस तरह का मसला आता जी एक किताबों के विच ते बाकी किन्नियां किताबों के उपर इस तरह के रेट बढ़ के लिखे ने तो वो असल कारण परिवारों को हक है कि जो वो पूरी फीसा
पूरे पैसे यह किताबों की अदायगी कर रहे हैं तो उन्होंने जानन का। वीडियो जर्नलिस्ट कमल देना, सुमित जोशी, डेली पोस्ट पंजाबी, चंडीगढ़।